ਬਾਦਲ ਪਰਿਵਾਰ ਵਾਲੇ ਬੰਦੇ ਨੇ ਉਹ ਤੁਹਾਨੂੰ ਪਤਾ ਸਾਰੇ ਹੀ ਨੇ ਵੀ ਜਿੱਦਾਂ ਬੀਬੀ ਜਗੀਰ ਕੌਰ ਹੈ ਜਦੋਂ ਕਿ ਸਿੱਖ ਰਹਿਤ ਮਰਿਆਦਾ 'ਚ ਆਉਂਦਾ ਵੀ ਕੁੜੀ ਮਾਰ ਦੇ ਨਾਲ ਅਸੀਂ ਵਰਤਣਾ ਨਹੀਂ ਉਹਨੂੰ ਇਹਨਾਂ ਨੇ ਪਹਿਲਾਂ ਪ੍ਰਧਾਨ ਬਣਾਇਆ ਮੁੜ ਕੇ SGPC ਮੈਂਬਰ ਲੰਮੇ ਸਮੇਂ ਤੋਂ ਇੱਕ ਪਰਿਵਾਰ ਨੇ ਇੱਕ ਸਿਸਟਮ ਬਿਲਡਅਪ ਕਰਦਿਆ ਕਿ ਗੁਰਦੁਆਰੇ ਪ੍ਰਬੰਧ ਨੂੰ ਲੁੱਟਣਾ ਉਹਨਾਂ ਵੱਲੋਂ ਹਮੇਸ਼ਾ ਲੁੱਟਣਾ ਹੀ ਨਹੀਂ ਉੱਥੋਂ ਅਕਾਲ ਤਖਤ ਦੇ ਸਿਧਾਂਤ ਨੂੰ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਿਧਾਂਤ ਨੂੰ ਸੱਟ ਮਾਰੀ ਜਾ ਰਹੀ ਹੈ ਉੱਥੇ ਬੈਠੇ ਜਥੇਦਾਰਾਂ ਨੂੰ ਆਪਣੇ ਨਿੱਜੀ ਸਵਾਰਥ ਦੇ ਲਈ ਵੋਟਾਂ ਦੇ ਲਈ ਵਰਤਿਆ ਜਾ ਰਿਹਾ। ਸ਼੍ਰੀ ਕੇਂਦਰੀ ਸਿੰਘ ਸਭਾ ਚੰਡੀਗੜ੍ਹ ਵਿਖੇ ਯੂਨਾਈਟਿਡ ਸਿੱਖ ਪਾਰਟੀ ਵੱਲੋਂ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ ਤੇ ਪਾਰਟੀ ਦੇ ਵਿਸਥਾਰ ਲਈ ਜ਼ਿਲ੍ਹਾ ਇਕਾਈ ਦਾ ਐਲਾਨ ਕੀਤਾ ਗਿਆ। ਇਸ ਮੌਕੇ ਪਾਰਟੀ ਦੇ ਮੁੱਖ ਬੁਲਾਰੇ ਭਾਈ ਜਸਵਿੰਦਰ ਸਿੰਘ ਨੇ ਜਸਟਿਸ ਰਣਜੀਤ ਸਿੰਘ ਰਿਪੋਰਟ ਬਾਰੇ ਜਾਣਕਾਰੀ ਦਿੱਤੀ। ਉੱਥੇ ਹੀ ਉਹਨਾਂ ਨੇ ਬਾਦਲ ਪਰਿਵਾਰ 'ਤੇ ਹਮਲੇ ਕਰਦੇ ਹੋਏ ਆਉਂਦੀਆਂ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਵਿੱਚ ਬਾਦਲ ਦਲ ਦੇ ਵਿਰੁੱਧ ਪੰਥਕ ਨੌਜਵਾਨਾਂ ਨੂੰ ਮੈਦਾਨ 'ਚ ਉਤਾਰਨ ਦਾ ਐਲਾਨ ਕੀਤਾ। ਪਾਰਟੀ ਦੇ ਮੁੱਖ ਬੁਲਾਰੇ ਭਾਈ ਜਸਵਿੰਦਰ ਸਿੰਘ ਰਾਜਪੁਰਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਜਸਟਿਸ ਰਣਜੀਤ ਸਿੰਘ ਦੀ ਰਿਪੋਰਟ ਨਸਰ ਹੋਣ ਤੋਂ ਬਾਅਦ ਕਈ ਸਿੱਖ ਵਿਰੋਧੀ ਗੱਲਾਂ ਸਾਹਮਣੇ ਆਈਆਂ ਨੇ, ਜਿਵੇਂ ਕਿ ਡੇਰਾ ਮੁਖੀ ਨੂੰ ਮਾਫ਼ੀ ਲਈ ਜਥੇਦਾਰਾਂ 'ਤੇ ਦਬਾਅ ਪਾ ਕੇ ਮਾਫ਼ੀ ਦਿਵਾਉਣੀ, ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨ ਵਾਲੇ ਡੇਰਾ ਪ੍ਰੇਮੀਆਂ ਨੂੰ ਗ੍ਰਿਫਤਾਰੀ ਤੋਂ ਬਚਾਉਣਾ ਅਤੇ ਡੇਰਾ ਸਰਸਾ ਮੁਖੀ ਦੀ MSG ਫਿਲਮ ਨੂੰ ਵਿਰੋਧ ਰਹਿਤ ਬਣਾਉਣ ਲਈ 300 ਕਰੋੜ ਦਾ ਵਪਾਰ ਕਰਨ ਵਾਲੀ ਫਿਲਮ 'ਚ ਬਾਦਲ ਪਰਿਵਾਰ ਨੂੰ 100 ਕਰੋੜ ਰੁਪਏ ਮਿਲਣੇ ਸਨ। ਅੱਜ ਅਸੀਂ ਯੂਨਾਈਟਿਡ ਸਿੱਖ ਪਾਰਟੀ ਦੀ ਇੱਥੇ ਪ੍ਰੈਸ ਕਾਨਫਰੰਸ ਕਰ ਰਹੇ ਹਾਂ ਸ਼੍ਰੀ ਕੇਂਦਰੀ ਸਿੰਘ ਸਭਾ, ਜਿਹਦਾ ਇੱਕੋ ਇੱਕ ਕਾਰਨ ਹੈ ਕਿ ਇੱਕ ਪਰਿਵਾਰ ਵੱਲੋਂ ਗੁਰਦੁਆਰਾ ਪ੍ਰਬੰਧ ਦੇ ਜਿਹੜੇ ਫੰਡ ਨੇ ਉਹਨਾਂ ਦੀ ਨਜਾਇਜ਼ ਵਰਤੋਂ ਕੀਤੀ ਜਾ ਰਹੀ ਹੈ। ਉੱਥੇ ਜਿਹੜੇ ਅਕਾਲ ਤਖਤ ਸਾਹਿਬ ਦੇ ਉੱਤੇ ਜਥੇਦਾਰ ਬੈਠੇ ਨੇ ਉਹਨਾਂ ਤੋਂ ਫੈਸਲੇ ਉਹ ਆਪਣੀ ਮਨਮਰਜ਼ੀ ਦੇ ਕਰਾਏ ਜਾ ਰਹੇ ਨੇ, ਕਦੇ ਡੇਰੇ ਵਾਲੇ ਨੂੰ ਮਾਫ਼ ਕਰ ਦਿੱਤਾ, ਕਦੇ ਨਾਨਕ ਸ਼ਾਹ ਫਕੀਰ ਫਿਲਮ ਨੂੰ ਜਿਹੜੀ ਪਰਮਿਸ਼ਨ ਦਿੱਤੀ ਗਈ, ਅਤੇ ਹੁਣ ਜਸਟਿਸ ਰਣਜੀਤ ਸਿੰਘ ਨੇ ਸਾਰੀ ਗੱਲਾਂ ਕਲੀਅਰ ਕਰ ਦਿੱਤੀਆਂ ਨੇ ਕਿ ਕਿਵੇਂ ਜਿਹੜਾ ਬਾਦਲ ਪਰਿਵਾਰ ਹੈ ਉਹਨੇ ਡੇਰੇ ਵਾਲੇ ਨੂੰ ਮਾਫ਼ੀ ਦਿਵਾਈ ਹੈ ਜਥੇਦਾਰਾਂ ਦੇ ਉੱਤੇ ਦਬਾਅ ਪਾ ਕੇ, ਉਸ ਤੋਂ ਬਾਅਦ ਜਿਹੜੀ MSG ਫਿਲਮ ਹੈ ਉਹਨੂੰ ਪਰਮਿਸ਼ਨ ਦਿਵਾਉਣ ਪਿੱਛੇ ਉਹਨੂੰ ਮਾਫ਼ੀ ਦਿਵਾਉਣ ਪਿੱਛੇ ਕੀ ਕਾਰਨ ਸਨ। ਉਹਦਾ ਇੱਕੋ ਕਾਰਨ ਉਹਨਾਂ ਨੇ ਦੱਸਿਆ ਕਿ ਜਿਹੜਾ 3000 ਕਰੋੜ ਦਾ ਉਸ ਫਿਲਮ ਨੇ ਬਿਜ਼ਨਸ ਕਰਨਾ ਸੀ ਅਤੇ ਜਿਹਦੇ 'ਚੋਂ ਅਕਾਲੀ ਦਲ ਨੂੰ 100 ਕਰੋੜ ਰੁਪਈਆ ਪਾਰਟੀ ਫੰਡ ਮਿਲਣਾ ਸੀਗਾ, ਅਤੇ ਐਡਾ ਵੱਡਾ ਜਿਹੜਾ ਕੌਮ ਦੇ ਨਾਲ ਉਹ ਧੋਖਾ ਕੀਤਾ ਜਾ ਰਿਹਾ ਇਹਨਾਂ ਵੱਲੋਂ, ਜਦੋਂ ਕਿ ਇਹਨਾਂ ਵੱਲੋਂ ਦੱਸਿਆ ਜਾਂਦਾ ਕਿ ਅਸੀਂ ਪੰਥਕ ਪਾਰਟੀ ਹਾਂ, ਅਸੀਂ ਪੰਜਾਬ ਦੀ ਗੱਲ ਕਰਦੇ ਹਾਂ, ਅਸੀਂ ਕੌਮ ਦੀ ਗੱਲ ਕਰਦੇ ਹਾਂ। ਹਮੇਸ਼ਾ ਬਾਦਲ ਪਰਿਵਾਰ ਵੱਲੋਂ ਸਿੱਖ ਨੌਜਵਾਨਾਂ ਨੂੰ ਉਹਨਾਂ ਦੀ ਸਰਕਾਰ ਦੇ ਸਮੇਂ ਜੇਲ੍ਹਾਂ ਦੇ ਵਿੱਚ ਡੱਕਿਆ ਜਾਂਦਾ, ਸਿੱਖ ਨੌਜਵਾਨਾਂ ਦੇ ਗੋਲੀਆਂ ਮਾਰੀ ਜਾਂਦੀਆਂ ਨੇ, ਅਤੇ ਜਿਹੜਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ ਜਾਂ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ, ਸ਼੍ਰੀ ਅਕਾਲ ਤਖਤ ਸਾਹਿਬ ਦਾ ਪ੍ਰਬੰਧ ਹੈ, ਉਹਨੂੰ ਆਪਣੀ ਰਾਜਨੀਤਿਕ ਵੋਟਾਂ ਦੇ ਲਈ ਉਹਨੂੰ ਹਮੇਸ਼ਾ ਵਰਤਿਆ ਜਾਂਦਾ। ਇਸ ਲਈ ਆਪਣੀ ਜਿਹੜੀ ਪਾਰਟੀ ਦਾ ਅਸੀਂ ਗਠਨ ਕੀਤਾ ਸੀ 1 ਸਾਲ ਪਹਿਲਾਂ, ਜਿਹਦਾ ਅੱਜ ਅਸੀਂ 3 ਜ਼ਿਲ੍ਹੇ ਦਾ, ਇਸ ਤੋਂ ਪਹਿਲਾਂ ਪਟਿਆਲਾ ਬਰਨਾਲਾ 2 ਜ਼ਿਲ੍ਹੇ ਅਸੀਂ ਅਨਾਊਂਸ ਕਰ ਚੁੱਕੇ ਹਾਂ, ਅਤੇ ਅੱਜ ਅਸੀਂ 3 ਜ਼ਿਲ੍ਹਾ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਦਾ ਅਨਾਊਂਸਮੈਂਟ ਕਰ ਰਹੇ ਹਾਂ, ਤਾਂ ਕਿ ਆਉਂਦੀਆਂ ਚੋਣਾਂ ਦੇ ਵਿੱਚ ਸਾਰੇ ਜ਼ਿਲ੍ਹਿਆਂ 'ਚ ਆਪਣੀ ਪਾਰਟੀ ਦੇ ਜਿਹੜੇ ਵਰਕਰ ਨੇ ਉਹ ਬਾਦਲ ਦੇ ਜਿਹੜੇ ਬੰਦੇ ਨੇ ਉਹਨਾਂ ਨੂੰ ਟੱਕਰ ਦੇਣ ਲਈ ਅਸੀਂ ਮੈਦਾਨ ਦੇ ਵਿੱਚ ਉਤਾਰਾਂਗੇ। ਜਿਹੜੀ ਗਤੀਵਿਧੀਆਂ ਨੂੰ ਹੁਣ ਤੇਜ਼ ਕਰਾਂਗੇ ਤਾਂ ਕਿ ਜਿਹੜੀ ਆਉਂਦੀਆਂ SGPC ਚੋਣਾਂ ਨੇ ਉਹਦੇ ਵਿੱਚ ਜਿਹੜੇ ਮਾੜੇ ਅਕਸ ਵਾਲੇ ਲੋਕ ਨੇ, ਜਿੱਦਾਂ ਸੁੱਚਾ ਸਿੰਘ ਲੰਗਾਹ, ਉਹਨੇ ਹੁਣ ਅਕਾਲ ਤਖਤ ਸਾਹਿਬ ਨੂੰ ਲੈਟਰ ਲਿਖਿਆ ਕਿ ਮੈਨੂੰ ਮਾਫ਼ੀ ਦਿੱਤੀ ਜਾਵੇ, ਅਤੇ ਹੁਣ ਇਹ ਵੀ ਸੁਣਨ ਨੂੰ ਆ ਰਿਹਾ ਕਿ ਉਹਨੂੰ ਮਾਫ਼ੀ ਜਿਹੜੀ ਉਹ ਜਲਦੀ ਮਿਲਣ ਵਾਲੀ ਹੈ। ਅਸੀਂ ਇਹੋ ਜਿਹੇ ਲੋਕਾਂ ਨੂੰ ਜਲਦੀ ਜਿਹੜਾ ਉਹ ਗੁਰਦੁਆਰੇ ਪ੍ਰਬੰਧ ਤੋਂ ਲਾਂਭੇ ਕਰ ਰਹੇ ਹਾਂ, ਅਤੇ ਇੱਕ ਪੰਜਾਬ ਦੇ ਅੰਦਰ ਅਕਾਲ ਤਖਤ ਸਾਹਿਬ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆਜ਼ਾਦ ਕਰਾਓ ਲਹਿਰ ਵੀ ਆਗਾਜ਼ ਵੀ ਕਰ ਰਹੇ ਹਾਂ, ਪਹਿਲਾਂ ਵੀ ਚੱਲ ਰਹੀ ਹੈ, ਅਤੇ ਉਹਨੂੰ ਅਸੀਂ ਹੋਰ ਪ੍ਰਚੰਡ ਕਰਾਂਗੇ। ਦੇਖੋ ਜੀ, ਜਿਹੜਾ SGPC ਦਾ ਸੰਵਿਧਾਨ ਉਹ ਪਹਿਲਾਂ ਹੀ ਇਸ ਗੱਲ ਦਾ ਕਿ ਅੰਮ੍ਰਿਤਧਾਰੀ ਸਿੰਘ ਹੀ ਚੋਣ ਲੜ ਸਕਦਾ ਵਾ, ਅਤੇ ਉਹ ਕ੍ਰਾਈਟੀਰੀਆ ਨਾ ਹੋਵੇ, ਪਰ ਜਿਹੜੀ ਬਾਦਲ ਪਰਿਵਾਰ ਵਾਲੇ ਬੰਦੇ ਨੇ ਉਹ ਤੁਹਾਨੂੰ ਪਤਾ ਸਾਰੇ ਹੀ ਨੇ ਵੀ ਜਿੱਦਾਂ ਬੀਬੀ ਜਗੀਰ ਕੌਰ ਹੈ ਜਦੋਂ ਕਿ ਸਿੱਖ ਰਹਿਤ ਮਰਿਆਦਾ 'ਚ ਆਉਂਦਾ ਵੀ ਕੁੜੀ ਮਾਰ ਦੇ ਨਾਲ ਅਸੀਂ ਵਰਤਣਾ ਨਹੀਂ, ਉਹਨੂੰ ਇਹਨਾਂ ਨੇ ਪਹਿਲਾਂ ਪ੍ਰਧਾਨ ਬਣਾਇਆ ਮੁੜ ਕੇ SGPC ਮੈਂਬਰ, ਵੀ ਅਸੀਂ ਇਹੋ ਜਿਹੇ ਲੋਕਾਂ ਦਾ ਵਿਰੋਧ ਕਰਾਂਗੇ ਅਤੇ ਜਿਹੜੇ ਸਾਫ਼ ਅਕਸ ਵਾਲੇ ਸਿੱਖ ਨੌਜਵਾਨ ਨੇ ਉਹਨਾਂ ਨੂੰ ਅੱਗੇ ਲੈ ਕੇ ਆਵਾਂਗੇ। ਅਤੇ ਨਾਲ ਹੀ ਉਹਨਾਂ ਨੇ ਕਿਹਾ ਕਿ ਸਾਡੇ ਵੱਲੋਂ ਅਕਾਲ ਤਖਤ ਸਾਹਿਬ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਆਜ਼ਾਦ ਕਰਵਾਉਣ ਲਈ ਪੂਰੇ ਪੰਜਾਬ 'ਚ ਲਹਿਰ ਚਲਾਈ ਜਾ ਰਹੀ ਹੈ ਅਤੇ ਹੁਣ ਇਸ ਨੂੰ ਹੋਰ ਪ੍ਰਚੰਡ ਕੀਤਾ ਜਾਵੇਗਾ। ਅਸੀਂ ਆਉਂਦੀਆਂ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਵਿੱਚ ਬਾਦਲ ਦਲ ਦੇ ਵਿਰੁੱਧ ਪੰਥਕ ਨੌਜਵਾਨਾਂ ਨੂੰ ਮੈਦਾਨ 'ਚ ਉਤਾਰਾਂਗੇ ਅਤੇ ਗੁਰਦੁਆਰਾ ਸਾਹਿਬ ਪ੍ਰਬੰਧ ਨੂੰ ਪੰਥਕ ਲੋਕਾਂ ਦੇ ਹੱਥ ਵਿੱਚ ਦੇਵਾਂਗੇ।
अगे भाई जरनैल सिंह ते सुखजिंदर सिंह ने वख-वख खालसिया नूं अहुदियां ते नियुक्त किया। साडी जिहड़ी पार्टी का संविधान है वह बाकियां नालों वखरा, जिहड़ी बाकी पार्टियां ने उन्हां दे MLA भी उही हुंदे ने, MP भी ने ते SGPC चोणां भी उही लड़दे ने। असी जिहड़ी साडी पार्टी है ये बिल्कुल निरोल धार्मिक बनाई है, जिहड़ी सिर्फ ते सिर्फ SGPC चोणां लड़ूगी। असी जिहड़ी पोलीटिकल पार्टियां ने वह किसी दिन सपोर्ट करांगे, बाकी जिहड़ी धार्मिक संस्थावां ने, जथेबंदियां ने, जिहड़ी चाहुंदियां ने कि जिहड़ा उत्थे एक सिस्टम बिल्डअप हो गया वा अपनी मनमर्जी वाला गुरुद्वारियां नूं वरतण वाला, उन्हों खत्म करना चाहुंदियां ने, उन्हां दे नाल जरूर असी जिहड़ी वह राबता कायम भी हैगा ते होर भी जिहड़ा कायम करके नाल सांझ पा के लड़ांगे। जिन्नियां भी पंथक जथेबंदियां ने, भाई रणजीत सिंह दी होवे जां कोई होर, जिहड़ियां भी वाकई सुहिरद हो के चाहुंदियां ने कि इस सिस्टम नूं असी बदलीए, वह सारयां दा असी समर्थन करांगे। उस दा जिहड़ा वड्डा कारण मेन यही है, असी इलैक्शनां दे पिछे जी रिजल्ट कढ़ा के देखे सी कि किन्ना क जिहड़े पंथक उम्मीदवार सन उन्हां ते बादल परिवार दे जिहड़े बंदे सन उन्हां च किन्ना क डिफरेंस है वोटां दा। उत्थों यही गल निकल के सामने आउंदी है भी ज़्यादातर जिहड़ी पंथक साडी जथेबंदियां ने वो सिर्फ एक हफ्ता पहला उम्मीदवार अपने मैदान च लियाउंदियां ने। असी उन्ने क जिलों च ऐलान करांगे अपने बंदियां दा जिन्ना च ग्राउंड वर्क होगा। असी अज तो अपने जिहड़े नाल दे पार्टी मैंबर ने, आगू साहिबान ने, उन्हां नूं अज तो ड्यूटियां लाईआं होईआं ने, अज तो असी वर्क कर रहे हां ते करांगे, भावें असी 4 जिलों च लड़ीए पर वो बंदे पूरे सॉलिड होणगे जिन्हां ने ग्राउंड वर्क किया होगा। उत्थे किते भी ये गल नहीं होगी असी हफ्ता 10 दिन पहला बंदे की अनाउंसमेंट करांगे। मामला यही है कि लंबे समय तो एक परिवार ने एक सिस्टम बिल्डअप कर दिया कि गुरुद्वारे प्रबंध नूं लुटना, उन्हां वल्लों हमेशा लुटना ही नहीं, उत्थों अकाल तख्त दे सिधांत नूं ते श्रोमणी गुरुद्वारा प्रबंधक कमेटी सिधांत नूं सट मारी जा रही है। उत्थे बैठे जथेदारां नूं अपने निजी स्वार्थ दे लई, वोटां दे लई वरत्या जा रहा, कल्ला वरत्या ही नहीं जा रहा, वह जिहड़े फंड ने उन्हां फंडां नूं मतलब कि जिहड़े सिख कौम की विरोधी ताकतां दे उन्हां नूं दे के वह कौम के विरोध च वह इकट्ठा किया जा रहा सारा कुछ। चंडीगढ़ तो जितेंद्र सिंह की रिपोर्ट, चैनल पंजाब।